ਜ਼ਿਲ੍ਹਾ ਕਪੂਰਥਲਾ ਦੇ ਵਿੱਚ ਕਾਂਗਰਸੀ ਸਰਪੰਚ ਵੱਲੋਂ ਪੰਚਾਇਤੀ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਕੇ ਮਿੱਟੀ ਅਤੇ ਰੇਤ ਵੇਚਣ ਦਾ ਸਿਲਸਿਲਾ ਘਟਣ ਦਾ ਨਾਮ ਨਹੀਂ ਲੈ ਰਿਹਾ। ਕਿੱਥੇ ਆ ਰਹੀ ਮਿੱਟੀ? ਨਹਿਰ ਤੇ ਆ ਰਹੀ। ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗੀ ਨੂੰ? ਸਾਨੂੰ ਅਜਲੇ 10-15 ਦਿਨ। ਤੇ ਕੌਣ ਬਣਾ ਰਿਹਾ ਤੁਹਾਡੇ ਕੋਲ? ਸਰਪੰਚ ਸਾਹਿਬ। ਕਿਹੜੇ? ਆਪੇ ਐਸ ਪਿੰਡ ਦੇ। ਪੀਲੇ ਪਿੰਡ ਦੇ? ਹਾਂਜੀ। ਕੀ ਨਾਮ? ਨਾਮ ਤਾਂ ਮੈਂ ਨਹੀਂ ਜਾਣਦਾ ਜੀ ਉਹਦਾ। ਨਹਿਰ ਤੇ ਠੇਕੇਦਾਰ ਕੌਣ ਹੈ ਜੀ? ਕਹੋ ਜਗਾ। ਹਾਲੇ ਕੁਛ ਦਿਨ ਪਹਿਲਾਂ ਹੀ ਪਿੰਡ ਲਖਨ ਖੁਰਦ ਦੇ ਰਹਿਣ ਵਾਲੇ ਸੁਖਦੇਵ ਸਿੰਘ ਨੇ ਪੰਚਾਇਤੀ ਜ਼ਮੀਨ ਦੇ ਖੇਤਾਂ ਤੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਰਾਜ ਨੇਤਾਵਾਂ ਦੀ ਮਿਲੀ ਭਗਤ ਦੇ ਨਾਲ 35 ਤੋਂ 40 ਫੁੱਟ ਦੀ ਨਜਾਇਜ਼ ਖੁਦਾਈ ਕਰਕੇ ਮਿੱਟੀ ਅਤੇ ਰੇਤ ਨੂੰ ਲੱਖਾਂ ਰੁਪਏ ਵਿੱਚ ਵੇਚਣ ਦਾ ਗੋਰਖ ਧੰਦੇ ਦਾ ਖੁਲਾਸਾ ਕੀਤਾ ਸੀ। ਹੁਣ ਦੂਸਰਾ ਮਾਮਲਾ ਪਿੰਡ ਭੀਲਾ ਤੋਂ ਸਾਹਮਣੇ ਆਇਆ, ਜਿੱਥੇ ਕਾਂਗਰਸੀ ਮਹਿਲਾ ਸਰਪੰਚ ਸੁਖਵਿੰਦਰ ਕੌਰ ਦੇ ਪਤੀ ਜਗਤਾਰ ਸਿੰਘ ਨੇ ਰਾਜ ਨੇਤਾਵਾਂ ਦੀ ਸ਼ਹਿ ਤੇ ਸੰਬੰਧਿਤ ਵਿਭਾਗ ਦੀ ਮਨਜ਼ੂਰੀ ਲਏ ਬਿਨਾਂ ਹੀ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਕੇ ਪੰਚਾਇਤੀ ਜ਼ਮੀਨ ਤੋਂ 5-5 ਫੁੱਟ ਮਿੱਟੀ ਕੱਢ ਕੇ ਵੇਚੀ। ਸਰ ਉਹਦੇ ਹਸਬੈਂਡ ਜਗਤਾਰ ਸਿੰਘ ਸਰ 10-15 ਦਿਨ ਤੋਂ ਨਾ ਮਾਈਨਿੰਗ ਕਰਾ ਰਹੇ ਸਾਡੇ ਪਿੰਡ ਪੰਚਾਇਤੀ ਜ਼ਮੀਨ ਦੀ ਜੀ। ਸਰ ਕੋਈ ਰੋਕ ਨਹੀਂ ਹੋ ਰਿਹਾ, 10,000 ਫੁੱਟ ਉਹਨੇ ਕੱਢੇ ਕਰਾ ਦਿੱਤੇ ਜੀ। ਫਿਰ ਸਰ ਅਸੀਂ ਪਿੰਡ ਦੇ ਸਾਰੇ ਨੌਜਵਾਨ ਸੂਰੀ ਉਹਨਾਂ ਲੋਕਾਂ ਨੇ ਇਕੱਠੇ ਹੋ ਗਏ। ਸਰ ਅਸੀਂ 15 ਦਿਨ ਏ ਡੀ ਸੀ ਸਾਹਿਬ ਦੇ ਪੇਸ਼ ਵੀ ਹੋਏ ਹਾਂ ਜੀ ਇੱਥੇ, ਠੀਕ ਹੈ ਜੀ। ਸਰ ਉਹਨਾਂ ਨੇ ਏ ਡੀ ਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਵੀ ਇਹ ਦਵਾਇਆ ਵਾ ਜੋ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਰ ਕੱਲ੍ਹ ਫਿਰ ਅਸੀਂ 11 ਜੂਨ ਨੂੰ ਸਰ ਉੱਥੇ ਜੇ ਸੀ ਬੀ ਮੌਕੇ 'ਤੇ ਲੱਗੀ ਸੀ ਸਰ। ਸਰ ਮਾਈਨਿੰਗ ਵਾਲੇ ਦੋ ਅਫਸਰ ਸਾਡੇ ਨਾਲ ਆਏ ਸੀ ਸਰ, ਆਪਣੇ ਪੁਲਿਸ ਪ੍ਰਸ਼ਾਸਨ ਦੋ ਅਫਸਰ ਉਹ ਹੀ ਗਏ ਆ ਜੀ। ਸਰ ਮੌਕੇ 'ਤੇ ਅਸੀਂ ਜਿਹੜੀ ਮਾਈਨਿੰਗ ਹੋ ਰਹੀ ਉਹ ਰੋਕੀ ਹੈ ਜੀ। ਸਰ ਜਿਹੜਾ ਜਗਤਾਰ ਸਿੰਘ ਆ ਸਾਨੂੰ ਉੱਥੇ ਇਹਦੇ ਰੁੱਖ ਆਪਣੇ ਮੁਸ਼ਕਿਲ ਸਰ ਸਾਨੂੰ ਜਨਮ ਮਾਰਦੇ ਧੱਕੇ ਦਿੱਤੇ ਗਏ। ਜਿਹੜਾ ਜਗਤਾਰ ਸਿੰਘ ਹੈਗਾ ਕਿਹੜੀ ਪਾਰਟੀ ਨਾਲ ਸੰਬੰਧ ਹੈ ਸਰ? ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਜੀ। ਤਾਂ ਇਹਦੇ ਵਿੱਚ ਕੋਈ ਰਾਜਨੀਤਿਕ ਤੌਰ 'ਤੇ ਵੀ ਗੱਲ? ਸਰ ਰਾਜਨੀਤਿਕ ਸਰ ਜਿੱਦਾਂ ਹੁਣ ਸਾਡੇ ਮੌਕੇ ਦੇ MLA ਰਾਣਾ ਸਾਹਿਬ ਆ, ਸਰ ਉਹ ਇਹੋ ਜਿਹੇ ਮਸਲਾ 'ਚ ਆਉਂਦੇ ਨਹੀਂ ਸਰ। ਉਹਦੇ ਬਹੁਤ ਸੁਲਝੇ ਹੋਏ ਇਨਸਾਨ ਆ ਜੀ। ਉਹਨਾਂ ਦਾ ਸਿਰਫ ਇਹੋ ਜਿਹੇ ਚੰਦ ਲੋਕ ਸਰ ਉਹਨਾਂ ਦਾ ਨਾਮ ਬਦਨਾਮ ਕਰ ਰਹੇ ਆ ਜੀ। ਤਾਂ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਦੀ ਮੰਗ ਕਰਦੇ? ਸਰ ਮੰਗ ਇਹੀ ਕਰਦੇ ਜੋ ਸਰ ਇਹਦੇ ਖਿਲਾਫ ਬਣਦੀ ਕਾਰਵਾਈ ਉਹ ਕੀਤੀ ਜਾਵੇ। ਸਰ ਇਸ ਇਨਸਾਨ ਦੇ ਖਿਲਾਫ ਸਰ 5.5 ਲੱਖ ਦੀ ਪਹਿਲਾਂ ਪੈਨਲਟੀ ਪਈ ਜੀ। ਜਿਹੜੀ ਮਾਈਨਿੰਗ ਇਹਨੇ ਪਹਿਲਾਂ ਵੀ ਕਿਤੇ ਕਰਾ ਰਿਹਾ ਸੀ ਸਾਡੇ ਪਿੰਡ 'ਚ, ਉੱਥੇ ਸਰ 5.5 ਲੱਖ ਦੀ ਪੈਨਲਟੀ ਇੱਥੇ ਪਹਿਲਾਂ ਵੀ ਪਈ ਹੈ ਜੀ, ਅਤੇ ਫਿਰ ਇਹਨੂੰ ਮਾਈਨਿੰਗ ਕਰਾ ਰਿਹਾ ਜੀ। ਇਸ ਬਾਰੇ ਜਦੋਂ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਜਗਤਾਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਸਨੇ ਖੁਦ ਮੰਨਿਆ ਕਿ ਉਸਨੇ ਕਿਸੇ ਵੀ ਸੰਬੰਧਿਤ ਵਿਭਾਗ ਤੋਂ ਮਨਜ਼ੂਰੀ ਨਹੀਂ ਲਈ ਹੈ। ਕੋਈ ਨਹੀਂ ਜੀ, ਕੋਈ ਅਸੀਂ ਮਿੱਟੀ ਵੇਚੀ ਨਹੀਂ ਜੀ। ਜੇ ਕੋਈ ਥੋੜ੍ਹੀ ਬਾਲੀ ਅਸੀਂ ਪੁੱਟੀ ਆ ਤਾਂ ਉਹ ਅਸੀਂ ਪਿੰਡ ਦੀਆਂ ਗਲੀਆਂ ਔਰ ਪਿੰਡ ਦੇ ਸਕੂਲ ਵਿੱਚ ਪਾਈ ਹੋਈ, ਅਤੇ ਇਹ ਕੋਈ ਇੱਦਾਂ ਨਹੀਂ ਅਸੀਂ ਕੋਈ ਮਿੱਟੀ ਆਦਿ ਨਹੀਂ ਪੁੱਟੀ। ਨਹੀਂ ਤਾਂ ਜਿਹੜੇ ਤੁਸੀਂ ਮਿੱਟੀ ਪੁੱਟੀ ਸੀ ਮਾਈਨਿੰਗ ਕੀਤੀ ਹੈ ਤਾਂ ਉਸ ਸੰਬੰਧੀ ਕੋਈ ਮਾਈਨਿੰਗ ਵਿਭਾਗ ਤੋਂ ਕੋਈ ਪਰਮਿਸ਼ਨ ਲਿੱਤੀ ਸੀ ਤੁਸੀਂ? ਨਹੀਂ ਜੀ, ਇਹ ਨਹੀਂ ਲਈ। ਅਤੇ ਪਰ ਅਸੀਂ ਕੋਈ ਜ਼ਿਆਦਾ ਵੀ ਨਹੀਂ ਪੁੱਟੀ, ਕੋਈ ਕਿਤੇ ਅਸੀਂ ਵੇਚੀ ਵੀ ਨਹੀਂ ਗਈ, ਅਤੇ ਅਸੀਂ ਤਾਂ ਅੱਗੇ ਵੀ ਪਹਿਲਾਂ ਵੀ ਇਹ ਪਿਛਲੀਆਂ ਪੰਚਾਇਤਾਂ ਵੀ ਇੱਦਾਂ ਹੀ ਪੁੱਟ ਲੈਂਦੀਆਂ ਸੀ ਪਿੰਡ ਵਿੱਚ ਪਾਉਣ ਲਈ। ਹਾਂਜੀ, ਦੂਜੀ ਗੱਲ ਹੈ ਕਿ ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਧਮਕੀ ਦੇਣ ਦੇ ਵੀ ਕੋਈ ਇਲਜ਼ਾਮ ਲੱਗੇ ਉਹ ਵੀ? ਨਹੀਂ ਜੀ, ਨਹੀਂ ਕੋਈ ਨਹੀਂ। ਉਸ ਵਕਤ ਮੈਂ ਇਕੱਲਾ ਕਿੰਨੀਆਂ ਕੁ ਧਮਕੀਆਂ ਦੇ ਸਕਦਾ ਜੀ? ਮੈਂ ਇਕੱਲਾ ਹੀ ਸਰ ਉਸ ਵਕਤ ਜਦੋਂ ਕਿਤੇ ਗਈ ਹੈ ਸਾਡੇ। ਜਦੋਂ ਮੀਡੀਆ ਵੱਲੋਂ ਪੰਚਾਇਤੀ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾਂ ਮਨਜ਼ੂਰੀ ਪੰਚਾਇਤੀ ਜ਼ਮੀਨ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਨ ਵਾਲੇ ਆਰੋਪੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਸੰਬੰਧੀ ਪੁੱਛਿਆ ਤਾਂ ਸੰਬੰਧਿਤ ਦੋਹਾਂ ਵਿਭਾਗ ਦੇ ਅਧਿਕਾਰੀ ਕੈਮਰੇ ਦੀ ਤੀਸਰੀ ਅੱਖ ਤੋਂ ਬਚਦੇ ਹੋਏ ਨਜ਼ਰ ਆਏ। ਪਰ ਉੱਥੇ ਹੀ ਥਾਣਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਵੱਲੋਂ JCB ਮਸ਼ੀਨ ਅਤੇ ਟਰਾਲੀ ਦੇ ਨਾਲ ਕਾਬੂ ਕੀਤੇ ਗਏ ਆਰੋਪੀ 'ਤੇ ਕਾਰਵਾਈ ਸੰਬੰਧੀ ਪੁੱਛਿਆ ਤਾਂ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਸੰਬੰਧਿਤ ਵਿਭਾਗ ਉਹਨਾਂ ਨੂੰ ਲਿਖਿਤ ਕਾਰਵਾਈ ਕਰਨ ਦੇ ਆਦੇਸ਼ ਦੇਣਗੇ ਤਾਂ ਉਹ ਕਾਨੂੰਨ ਅਨੁਸਾਰ ਆਪਣੀ ਕਾਰਵਾਈ ਕਰ ਦੇਣਗੇ। ਮਾਈਨਿੰਗ ਸੰਬੰਧੀ ਕੱਲ੍ਹ ਇੱਕ ਸਾਡੀ ਨੌਲੇਜ 'ਚ ਗੱਲ ਆਈ ਕਿ ਮਾਈਨਿੰਗ ਇੰਸਪੈਕਟਰ ਦਾ ਸਾਨੂੰ ਫੋਨ ਆਇਆ ਸੀ ਕਿ ਉਹਨਾਂ ਨੇ ਇੱਕ ਟਰਾਲੀ ਅਤੇ ਇੱਕ JCB ਫੜੀ ਆ, ਉਹਨਾਂ ਨੂੰ ਸ਼ੱਕ ਸੀ ਕਿ ਇਹਨਾਂ ਮਾਈਨਿੰਗ ਕਰ ਰਹੇ ਹੈ, ਇਨਲੀਗਲ ਮਾਈਨਿੰਗ ਹੋ ਰਹੀ ਹੈ। ਅਤੇ ਉਸ ਸੰਬੰਧੀ ਫਿਰ ਪੁਲਿਸ ਪਾਰਟੀ ਉੱਥੇ ਮੌਕੇ 'ਤੇ ਪਹੁੰਚੀ ਹੈ ਅਤੇ ਉਹਨਾਂ ਕੋਲੋਂ ਟਰਾਲੀ ਅਤੇ JCB ਸੀਗੀ, ਉਹਨਾਂ ਨੂੰ ਪੁਲਿਸ ਕਬਜ਼ੇ 'ਚ ਲੈ ਰਿਹਾ, ਪੁਲਿਸ ਹੱਥ 'ਚ ਫੜੀ ਆ ਉਹ, ਅਤੇ ਮਾਈਨਿੰਗ ਇੰਸਪੈਕਟਰ ਉਹਦੀ ਵੈਰੀਫਾਈ ਕਰ ਰਹੇ ਆ ਕਿ ਕੀ ਇਹ ਲੀਗਲ ਹੈ ਜਾਂ ਇਨਲੀਗਲ ਹੈ। ਉਸ ਤੋਂ ਬਾਅਦ ਸਾਨੂੰ ਜੋ ਵੀ ਰਿਪੋਰਟ ਦੇਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰ ਦਾਂਗੇ। ਜੇ ਸਾਨੂੰ ਪਰਚਾ ਦੇਣ ਦੀ ਕਿਹਾ ਜਾਊਗਾ ਤਾਂ ਅਸੀਂ ਪਰਚਾ ਦੇ ਦਾਂਗੇ। ਸਰ ਕੀ ਕਿਹੜੇ ਦੋਸ਼ੀ ਕਿੰਨੇ ਸੀ? ਦੋਸ਼ੀ ਤਾਂ ਇੱਕ ਦੋ ਬੰਦਿਆਂ ਨੇ ਉਹਨਾਂ ਨੂੰ ਨਾਲ ਲਗਾ ਰਹੇ ਹਾਂ, ਉਹ ਤਾਂ ਵੈਰੀਫਾਈ ਕਰਾਂਗੇ ਅਸੀਂ ਜੋ ਵੀ ਸਾਨੂੰ ਕਹਿਣਗੇ। ਕਿਹੜੇ ਦੇ ਨਾਮ ਕਿਹੜੇ ਦੇ ਲਿਖਾਏ ਜਾ ਰਹੇ? ਪਿੰਡ ਦੇ ਸਰਪੰਚ ਦਾ ਨਾਮ ਦੇ ਰਹੇ, ਉਹ ਤਾਂ ਜਗਤਾਰ ਸਿੰਘ ਜਿਹੜੇ ਸਰਪੰਚ ਆ ਉਹਨਾਂ ਕੋਲ ਲਿਖਵਾਈ ਜਾ ਰਹੀ। ਉਹਨਾਂ ਦਾ ਕਹਿਣਾ ਕਿ ਇਹ ਸੀ ਜੋ ਨਹਿਰੀ ਵਿਭਾਗ ਵਾਲੇ ਆ
ਉਹਨਾਂ ਦੀ ਮਿੱਟੀ ਛਕਵਾ ਰਹੇ ਹਾਂ ਜੋ ਪਿੰਡ ਮਤਾ ਪਾਸ ਕੀਤਾ ਹੋਇਆ ਉਹਦੀ ਅਕੋਰਡਿੰਗ ਕਰ ਰਹੇ ਹਾਂ। ਬਾਕੀ ਸਾਨੂੰ ਜੋ ਵੀ ਜੇ ਮਤਾ ਪਾਸ ਹੋਇਆ ਤਾਂ ਐਸ ਡੀ ਐਮ ਸਾਹਿਬ ਦੀ ਨੌਲੇਜ ਹੋਊਗੀ ਗੱਲ ਉਸ ਹਿਸਾਬ ਨਾਲ ਜੋ ਕਰ ਰਹੇ। ਪਰ ਉੱਥੇ ਹੀ ਹਾਲੇ ਤੱਕ ਮਹਿਲਾ ਕਾਂਗਰਸੀ ਸਰਪੰਚ ਅਤੇ ਉਸਦੇ ਪਤੀ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਇਹ ਸਾਫ਼ ਨਜ਼ਰ ਆ ਰਿਹਾ ਕਿ ਇਹ ਸਭ ਕੁਝ ਮਿਲੀ ਭਗਤ ਦੇ ਨਾਲ ਹੋ ਰਿਹਾ ਹੈ। ਬਿਊਰੋ ਰਿਪੋਰਟ, ਟਰੂ ਸਕੂਪ।